आओ दिलदानी माड़ा मेरा सिद्धू मूसे वाला इंडस्ट्री दे विच पता नहीं क्यों नहीं बोलते बंदे समय तो बाहर आ सही आ जे साडे कोले इन्नी पावर होवे ना साडे इन्ने फॉलोअर होण इन्ने सबसक्राइबर होण ठीक आ असी तां हुण नहीं माड़े सही आ अजी तां खिच के रखीए काम चाहे असी सिद्धू नूं मिले होंदे चाहे ना मिले होंदे इंडस्ट्री दे विच आ ना कलीग तां हैगे आ ना तुसीं ये देखो यार वध फॉलोवर सी गिणती आ लोकां नूं हुण पता लगा आपां नूं चल ये सुणाउंदे नहीं पए गल उदां करदे आ कि नामी बंदे दा किद्दां पता लगदा कि उह आह चीज़ कर रहे ने हुण आपां 2 महीने तों हैशटैग यूज कर रहे पहले दिन तों उदां न्यूज़ ये आई आ कि परसों जिदन ਮਿੰਦਰਾਂਡਾਈ ਨੇ ਹੈਸ਼ਟੈਗ ਸ਼ੁਰੂ ਕੀਤਾ ਕਿ ਉਦੋਂ ਤੋਂ ਲੋਕ ਹੈਸ਼ਟੈਗ ਪਾਉਣ ਲੱਗੇ ਮਤਲਬ ਕਿ ਆਮ ਬੰਦਿਆਂ ਦਾ ਨਹੀਂ ਕਰਦੇ ਕਹਿੰਦਾ ਕਿਉਂ ਕਿਉਂਕਿ ਆਪਣੀ ਦੇਖਣ ਵਾਲੇ ਘੱਟ ਨੇ ਜੇ ਜਿਨ੍ਹਾਂ ਦੇ ਵੱਧ ਨਿਗਾਹ ਤਾਂ ਉਹੀ ਆਉਂਦੇ ਆ ਤਾਂ ਹੀ ਕਹਿੰਦੇ ਕਿ ਉਹ ਹੈਸ਼ਟੈਗ ਪਾਉਣਗੇ ਨਿਗਾਹ ਜਾਊ ਸਾਰਿਆਂ ਦੀ ਸਾਰੇ ਯੂਜ਼ ਕਰਨਗੇ ਤਾਂ ਹੀ ਅਸੀਂ ਉਹ ਜਿਹੜਾ ਮੂਸੇ ਪਿੰਡ ਤੁਰਿਆ ਰਹਿੰਦਾ ਵਾ 24 ਘੰਟੇ ਅਸੀਂ ਉਹਦੀ ਵੀ ਤਾਂ ਹੀ ਗੱਲ ਕਹਿੰਦੇ ਹਾਂ ਵੀ ਜੇ ਬਾਈ ਤੇਰੇ ਲੱਖ 2 ਲੱਖ 4 ਲੱਖ 40 ਲੱਖ 50 ਲੱਖ 100 ਵੀ ਤੇਰੇ 100 ਮਿਲੀਅਨ ਵਿਊ ਜਾ ਰਿਹਾ ਚਾਹੇ ਆ ਠੀਕ ਹੈਸ਼ਟੈਗ ਯੂਜ਼ ਕਰੇਗਾ ਤਾਂ ਉਹ ਇਫੈਕਟ ਪਊਗਾ ਲੋਕਾਂ ਤੇ ਯਾਰ ਓਬਵੀਅਸਲੀ ਲੋਕੀ ਯੂਜ਼ ਕਰਨਗੇ ਠੀਕ ਆ ਜੇ ਬਾਈ ਤੂੰ ਸਿੱਧੂ ਮੂਸੇ ਵਾਲਾ ਮੂਸੇ ਪਿੰਡ ਆਪਣੇ ਚੈਨਲ ਦਾ ਨਾਮ ਲਿਖ ਸਕਦਾ ਤੇ ਇੱਕ ਹੈਸ਼ਟੈਗ ਵੀ ਯੂਜ਼ ਕਰ ਸਕਦਾ ਕਿਉਂ ਐਡੀ ਭੁੱਖ ਮਚਾਈ ਆ ਮੈਨੂੰ ਤਾਂ ਸਮਝ ਨਹੀਂ ਆ ਅਸੀਂ ਵੀਡੀਓ ਪਾਉਂਦੇ ਆ 2-4 ਹਜ਼ਾਰ ਵੀ ਜਾਂਦਾ ਵਿੱਚੋਂ 1000 ਬੰਦਾ ਤਾਂ ਹੈਸ਼ਟੈਗ ਯੂਜ਼ ਕਰ ਰਿਹਾ ਨਾ ਚਾਹੇ 10 ਕਰਦਾ ਪਿਆ ਹਾਂ ਤੇ ਉਹ ਬੰਦੇ ਦੇ 40-40 ਲੱਖ ਵਿਊ ਉਹ ਚ ਲੱਖ ਬੰਦਾ ਨਹੀਂ ਕਰੂ ਲੱਖ ਕੇ 10000 ਬੰਦਾ ਬਹੁਤ ਆ ਜੇ 10000 ਨੇ ਕਰ ਲਿਆ 10000 ਨੂੰ ਦੇਖ ਕੇ 5000 ਕਰੂਗਾ 5000 ਨੂੰ ਦੇਖ ਕੇ ਕਰੂਗਾ 2000 ਚੇਨ ਨਾਲ ਚੇਨ ਜੁੜ ਜਾਂਦੀ ਪਰ ਸ਼ੁਰੂ ਤਾਂ ਕਰੋ ਕਿੱਥੇ ਗੱਲ ਪਹੁੰਚ ਗਈ 10000 ਤੋਂ ਆ ਗਿਆ 5-5 ਤੇ 10-15 ਸਹੀ ਆ ਉਸ ਤੋਂ ਬਾਅਦ 2 ਜਣਿਆਂ ਨੇ ਕੀਤੀ ਹੋ ਗਿਆ 17000 ਠੀਕ ਆ ਇਦਾਂ 17 ਤੋਂ ਕੀਤੀ ਇੱਕ ਮਤਲਬ 2000 ਤੋਂ ਕਰਤੇ 1000 ਬੰਦੇ ਨੇ ਠੀਕ ਆ 18000 ਬੰਦਿਆਂ ਨੇ ਚੇਨ ਆਪੇ ਜੁੜ ਜਾਂਦੀ ਸ਼ੁਰੂ ਤਾਂ ਕਰੋ ਜਦੋਂ 18 ਜਣਿਆਂ ਨੇ ਕਰਤਾ ਹੈਸ਼ਟੈਗ ਯੂਜ਼ 18 ਜਣਿਆਂ ਨੂੰ ਦੇਖ ਕੇ 18000 ਜਣਿਆਂ ਨੂੰ ਦੇਖ ਕੇ ਦੈਨ ਉਸ ਤੋਂ ਬਾਅਦ ਉਹਦੇ 'ਚ ਆ ਜਾਣੇ 6 ਜਣਿਆਂ ਨੇ ਕਰਤੀ ਸਹੀ ਆ ਉਹ 6 ਜਣਿਆਂ ਨੂੰ ਦੇਖ ਕੇ 2-3 ਚਲੋ ਮੰਨ ਲਿਆ 500 ਬੰਦਿਆਂ ਨੇ ਕਰਤਾ ਇੱਦਾਂ ਹੀ ਵਧਣਾ ਹੈ ਹੈਸ਼ਟੈਗ ਦੀ ਪਾਵਰ ਬਹੁਤ ਵੱਡੀ ਆ ਸਹੀ ਆ ਉਹ ਚਾਹੇ ਟਵਿੱਟਰ 'ਤੇ ਆ ਚਾਹੇ ਯੂਟਿਊਬ 'ਤੇ ਚਾਹੇ ਇੰਸਟਾਗ੍ਰਾਮ ਆ ਚਾਹੇ ਕੋਈ ਵੀ ਵਟਸਐਪ ਆ ਚਾਹੇ ਆਪਣਾ ਸਨੈਪਚੈਟ ਆ ਇੱਕ ਹੈਸ਼ਟੈਗ ਇਦਾਂ ਚੀਜ਼ ਆ ਜਿਹਦੇ ਰਾਹੀਂ ਆਪਾਂ ਕੰਨੀ ਗੱਲ ਪਾ ਸਕਦੇ ਤਕੜੇ ਤਕੜੇ ਬੰਦੇ ਆਪਾਂ ਵਰਲਡ ਲੈਵਲ ਤੱਕ ਲੈ ਕੇ ਜਾ ਸਕਦੇ ਇਸ ਚੀਜ਼ ਨੂੰ ਸਹੀ ਆ ਯਾਰ ਕੈਨੇਡਾ ਵਾਲੇ ਯੂਜ਼ ਕਰ ਅਮਰੀਕਾ ਵਾਲੇ ਯੂਜ਼ ਕਰ ਬਈ ਇਹ ਕਰ ਖੜ ਜਾਣਾ ਜਦੋਂ ਦੇਖਣਾ ਬੈਠੇ ਰਹਿਣਾ ਬਿੱਲੀ ਵਾਂਗੂ ਸਹੀ ਆ ਕਿ ਹਾਂ ਆ ਚੀਜ਼ ਮਿਲ ਕੰਟੈਂਟ ਮਿਲ ਗਿਆ ਨਾਲ ਹੀ ਫੋਨ ਚੱਕ ਕੇ ਬਹਿ ਜਾਣਾ ਯਾਰ ਇਹ ਕੋਈ ਚੀਜ਼ ਆ ਤੁਸੀਂ ਇਨਸਾਨੀਅਤ ਕਿੱਥੇ ਆ ਤੁਹਾਡੇ ਜ਼ਮੀਰ ਵਾਲੀ ਗੱਲ ਕਿੱਥੇ ਠੀਕ ਆ ਸਿੱਧੂ ਬਾਈ ਨੂੰ ਮਿਲਦੇ ਸੀ ਸਿੱਧੂ ਬਾਈ ਦਾ ਨੇਚਰ ਆ ਸੀ ਸਿੱਧੂ ਬਾਈ ਦੇ ਨੇਚਰ ਤੇ ਤਾਂ ਬਈ ਤੁਰਦੇ ਹੀ ਨਹੀਂ ਪਿਆ ਜੀ ਸਿਰਫ ਆਪਦੇ ਉਹ ਇਹ ਥੋੜਾ ਕਹਿੰਦੇ ਜੀ ਤੋਂ ਫਾਇਦਾ ਦੇਂਦਾ ਫਾਇਦਾ ਲੈ ਜਾਓ ਬਸ ਉਹਦੀ ਹੈਲਪ ਨਾ ਕਰੋ ਹਾਂ ਅਗਲਾ ਸੋਚਦਾ ਹੀ ਕਿ ਜੇ ਕੋਈ ਦਬਿਆ ਹੋਇਆ ਨਾ ਤਾਂ ਉਹਨੂੰ ਹੱਥ ਫੜ ਕੇ ਖੜਾ ਕਿਵੇਂ ਕਰਨਾ ਜੇ ਕਿਸੇ ਦਾ ਕੰਮ ਰੁਕਿਆ ਹੋਇਆ ਉਹਨੂੰ ਕਿਵੇਂ ਸਪੋਰਟ ਕਰਨੀ ਆ ਤੇ ਇੱਥੇ ਸਿੱਧੂ ਨੂੰ ਹੀ ਲੋੜ ਆ ਸਿੱਧੂ ਨੂੰ ਹੀ ਹੈਸ਼ਟੈਗ ਨਹੀਂ ਮਿਲਦੇ ਪਏ ਤੇ ਸਿੱਧੂ ਕਰਕੇ ਚੈਨਲ ਚੱਲਦੇ ਪਏ ਆ ਤੁਹਾਡੇ ਸਹੀ ਆ ਤੋ ਸਾਡੇ ਤੋਂ ਯਾਰ ਐਵੇਂ ਨਾ ਬੁਲਵਾਇਆ ਕਰੋ ਸਹੀ ਹੈ ਉਸ ਬੰਦੇ ਬਾਰੇ ਸਹੀ ਆ ਸਾਨੂੰ ਵੀ ਵਧੀਆ ਨਹੀਂ ਲੱਗਦਾ ਕਿਸੇ ਬਾਰੇ ਬੋਲਣਾ ਬੈਡ ਮਾਉਥਿੰਗ ਕਰਨਾ ਕਿਉਂਕਿ ਉਹਨਾਂ ਨੇ ਤਾਂ ਜ਼ਮੀਰ ਵੇਚ ਦਿੱਤੇ ਹੋਏ ਬਾਈ ਸਹੀ ਆ ਉਹ ਸਿਰਫ ਜੇਬਾਂ ਭਰਨ ਤੇ ਲੱਗੇ ਬਸ ਕਿ ਮੌਕਾ ਆਏਗਾ ਤਾਂ ਹੁਣ ਚੱਲ ਰਹੀ ਹੈ ਸਾਨੂੰ ਸਾਡੀ ਵੀਡੀਓ ਬਾਈ ਤੱਕ ਪਹੁੰਚਾਓ ਚਾਹੇ ਠੀਕ ਆ ਉਹਦੇ ਜਿਹਦਾ ਚੈਨਲ ਆ ਠੀਕ ਆ ਜਿਹੜਾ ਵੀਡੀਓ ਬਣਾਉਂਦਾ ਸੀ ਜਾਂ ਉਹ ਸਾਨੂੰ ਇੰਸਟਾਗ੍ਰਾਮ ਦੇ ਉੱਤੇ ਰਿਐਕਟ ਹੱਬ ਰਿਐਕਟ ਅੰਡਰਸਕੋਰ ਹੱਬ 22 ਸਹੀ ਆ ਉੱਤੇ ਮੈਸੇਜ ਕਰੇ ਅਸੀਂ ਬਾਈ ਨਾਲ ਗੱਲ ਕਰਨਾ ਚਾਹੁੰਦੇ ਹਾਂ ਅਸੀਂ ਉਹਨੂੰ ਸਾਨੂੰ ਤਾਂ ਮਿਲਿਆ ਨਹੀਂ ਅਸੀਂ ਮਾਨਸੇ ਗਏ ਸੀਗੇ ਸਹੀ ਆ ਸਾਨੂੰ ਸਾਡੀ ਗੱਲ ਦਾ ਜਵਾਬ ਦੇ ਦੇ ਬਾ ਸਾਨੂੰ ਕੋਈ ਮਤਲਬ ਨਹੀਂ ਉਹਦੇ ਮਿਲੀਅਨ ਵੀ ਹੁਣ 4 ਮਿਲੀਅਨ ਹੋਣ ਯਾਰ ਸਾਡੇ ਚਾਹੇ ਸਾਡੇ ਤੋਂ ਵੀ ਉੱਤੇ ਵਿਊ ਹੋਰ ਤਰ੍ਹਾਂ ਚੱਲ ਜਾਣਾ ਸਾਨੂੰ ਨਾ ਕੋਈ ਫੇਮ ਚਾਹੀਦੀ ਆ ਨਾ ਸਾਨੂੰ ਕੁਝ ਹੋਰ ਚਾਹੀਦਾ ਸਾਨੂੰ ਅੱਜ ਅਸੀਂ ਬੋਲਦੇ ਹਾਂ ਹੁਣ ਰੁਪਿੰਦਰ ਹਾਂਡਾ ਨੂੰ ਫੇਮ ਚਾਹੀਦੀ ਸੀ ਉਹਨੇ ਹੈਸ਼ਟੈਗ ਵਰਤਿਆ ਜੀਨੀ ਚੋਹਲ ਨੂੰ ਫੇਮ ਚਾਹੀਦੀ ਉਹਨੇ ਸਿੱਧੂ ਬਾਈ ਲਈ ਠੋਕ ਕੇ ਗੱਲ ਕਹੀ ਕਿ ਇੰਡਸਟਰੀ ਵਿੱਚ ਸਾਰੇ ਫੇਕ ਨੇ ਬੰਦੇ ਜਿਹੜੇ ਇੱਦਾਂ ਇੱਦਾਂ ਕਰਦੇ ਆ ਪਹਿਲਾਂ ਬਾਈ 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 ਜਦੋਂ ਬਾਈ ਨਾਲ ਕਲੈਬ ਕਰਨੀ ਬਾਈ ਨਾਲ ਮੇਰਾ ਪੋਸਟਰ ਆ ਜੇ ਬਾਈ ਨਾਲ ਮੇਰਾ ਗਾਣਾ ਸ਼ੇਅਰ ਹੋ ਜੇ ਸਹੀ ਆ ਹੁਣ ਕੋਈ ਕਿੱਥੇ ਫਿਰਦਾ ਕੋਈ ਕਿੱਥੇ ਫਿਰਦਾ ਕੋਈ ਕਿਸੇ ਤੋਂ ਆਪਣੀਆਂ ਸਨੈਪਚੈਟਾਂ ਖਿਲਾ ਕੇ ਮੂਸੇ ਦੀਆਂ ਫੋਟੋਆਂ ਪਾਉਂਦਾ ਫਿਰਦਾ ਉੱਧਰ ਬਾਹਰ ਨੱਚਦੇ ਫਿਰਦੇ ਆ ਯਾਰ ਇਹ ਚੀਜ਼ਾਂ ਸੋਭਦੀਆਂ ਨਹੀਂ ਹੈਗੀਆਂ ਸਹੀ ਆ ਇੱਕ ਪਾਸਾ ਕਰੋ ਜੋ ਮਰਜ਼ੀ ਸੋਚ ਲਓ ਅੱਜ ਹੈਸ਼ਟੈਗ ਨਾ ਵੀ ਪਾਓ ਪਰ ਇੱਕ ਗੱਲ ਤੁਹਾਡਾ ਜ਼ਮੀਰ ਜਾਂਦਾ ਤੁਹਾਨੂੰ ਰੋਟੀ ਉਹੀ ਪਾ ਕੇ ਗਿਆ
आगे गया बिलकुल सारी सिद्धू भरा सिद्धू ही रहूगा जिन्हें खड़ा किया तहू जिन्हें तहन काम शुरू कराया सही आ सिद्धू का ही ना बजूगा किसी ये नहीं कि अपने चल पाया काम या कुछ असि कहने साडा चैनल सिद्धू करके चलता असि कहने ठोक के कहने साडा चैनल सिद्धू करके बनया सारा क्रेडिट सिद्धू नूं जांदा असि कहने असि सिद्धू बाई दे ही गाने क्यों करते हैं असी जस्टिस क्यों वरतते हैं साड़ी जिनी पावर आ असी हैशटैग यूज करते हैं ठीक है सानू देख के होर भरा पैण सारे कमेंट है जस्टिस फॉर सिद्धू मूसेवाला लिखते हैं ठीक है चैक कर लो चाहे जाके कमेंट तुहानू लग जूगा पता इस चीज़ का तो दूजी गल सिद्धू बाई के गाने क्यों करते हैं ठीक है इस चीज़ का कॉपीराइट लगता तो सारा रेवेन्यू सिद्धू बाई की फैमिली में जाता होर तो होर आप इतने बोल रहे हो बंद वीडियो खोल के मैं कमेंट किसी ने तो किए ही कमेंट खोल के सारे कमेंट ही आए हुए कि हैशटैग सारे ने हैशटैग वाले कमेंट किए भी यूज आप वो बंदा कर नहीं रहा सबसक्राइबर वो कह रहे हैं कि हैशटैग यूज कर वो आपकी मस्ती जमा वो कमेंट किन्ने 44 lakh व्यू कमेंट पता किन्ने 112 या 113 प्रमोट करो ना जाके व्यूज दो सही है जिन्हें व्यूज दें चांपल दे करन असी भी यार कर सकते हैं असी भी लीक सॉन्ग कर सकते हैं सानू भी कोई कुछ नहीं कहूगा सही है सानू भी एक बंदा गाला कढ़ लू दो कढ़ लू चार कढ़ लू सही है सानू सबसक्राइबर भी मिल जाएंगे सानू इदा दे ना सानू सबसक्राइबर चाहिए ना सानू इदा दे व्यूज चाहिए दूजे चैनल ते साडी वीडियो देख लो जाके बाकियां ते साडे च की फर्क आ असी ओह काम नहीं कर सकदे क्या देख लो जी ओह देख लो सीरियसली मैन अपनी काम दी गल कीती है बेफालतू की गल नहीं जे सिद्धू भाई तू आपा रिएक्शन दे रहे हैं सिद्धू भाई दे गाणियां ते या सिद्धू भाई नू सुनदे हैं ठीक है तो सिद्धू भाई वाली सोच से भी चलते पे हाँ अभी सही है सही गल के किदा अपने काम ना लॉयल होना सही है तो किदा जे आप किसी की चीज़ यूज करते उन्होंने क्रैडिट किमें देना सिद्धू भाई ने गाना कढ़िया सही है एवरीबडी हर्ट सीगा तो लव सिख सही है दोनों चो एक गाँव वा जिदे बई ने कंपोजिशन ली सी पाकिस्तानी और सिंगर की सही है फीमेल सिंगर आर्टिस्ट सही है उन्हों की बई ने क्रैडिट दिता उस तो पहला एक बई ने गाना कढ़िया सीगा उहदे च बई ने जिहदी कंपोजिशन लई क्रैडिट दिता बई क्रैडिट दिंदा बंदा सही है कम भी जे मैं किसी दा लै रहा तो मैं क्रैडिट दे रहा तो असी भी वह चीज़ बई की सोचते हैं असी चल रहे हैं तो क्रैडिट दिने बई नूं सिर्फ सिद्धू मूसेवाला लिखता मूसे पिंड लिखता नाल अपने चैनल का नाम लिखता यह सिर्फ वो ने कि हैशटैग करके वीडियो खुलूगी जस्टिस फॉर सिद्धू मूसेवाला कित्थे गया असी नहीं कहते कि तू बई हैशटैग यूज कर यार तू डिस्क्रिप्शन दे विच पा के यूज हैशटैग जस्टिस फॉर सिद्धू मूसेवाला दैट्स इट पिन कर दे कमेंट पिन कर दे कमेंट पिन कर दे एक डेली दा जो भी वीडियो चाड़ना जैडा थंबनेल बनाउना उत्ते लिख दे थंबनेल ते लिख दे भरावा तू जे थल्ले डिस्क्रिप्शन च नहीं पा सकदा जां कमेंट नहीं पिन कर सकदा थंबनेल ते लिख दे सारा बंदा ओदी वीडियो ते ला लो मतलब जिवें अज पाई आ सवेरे पाई आ कल पाई परसों भी देख लो हर एक कपड़े सेम सेम मतलब एक दिन च वीडियो बना के लोगों नु किवें मूर्ख बना रहा एक दिन कि अज दे डेट च अनाउंसमेंट आ होई है जी अज आ होई आ है एक दिन दा ही सारा एक दिन दा कंटेंट आ सेम कपड़े आ 10-10 वीडियो बना के जांदा वो बंदा ठीक आ चाड़दा दिन दे विच दो चाड़ते दिन दे विच चार चाड़तियां इदां चाड़ रहा माहौल देख लैंदा यूट्यूब दे उत्ते की किहड़ा कंटेंट किहड़ा माहौल चलदा पिया उदां दा थंबनेल ला दिंदा चल मेरे भाई आ गए व्यू मैं तां कहिंदा ऑफिशियल न्यूज़ चैनल ने जिहड़े जिहड़े प्रॉपर न्यूज़ चैनल उहनां नूं कंप्लेंट पाउणी चाहीदी आ यार हाथ जोड़ के बेनती आ कित्ता खराब ना करो फोन चक के माइक ला के न्यूज़ रिपोर्टर नूं जोड़ के बेनती आ आपां देखी आ न्यूज़ वाले आए सी एडा कैमरा उहनां कोल स्टैंड असी दो बंदे माइक किसी भी चैनल दा जिहड़े असी देखिया सही आ प्रॉपर प्रॉपर रेड कैम वर्गा कैम सी उन्हां कोले बड़ा सही आ प्रॉपर माइक ए नहीं के माइक ले लिया उहदे च कूपा ला लिया ते स्पीकर ला लिया ठीक है यूट्यूब ते जिहड़ा चैनल बनाया नहीं ते बंदे दी ड्रेस सारा कुछ प्रॉपर ड्रेस अप विद आईडी कार्ड ਉਹਨਾਂ ਨੂੰ ਇਹਨਾਂ ਦੇ ਸਵਾਲ ਚੱਕਣਾ ਚਾਹੀਦਾ ਐਂਕਰ ਤਾਂ ਆਈਡੀ ਕਾਰਡ ਪਾਇਆ ਕੈਮਰਾਮੈਨ ਦੇ ਆਈਡੀ ਕਾਰਡ ਪ੍ਰੋਪਰ ਸਟੈਂਡ ਪ੍ਰੋਪਰ ਘੱਟੋ ਘੱਟ 1.5-2 kg ਦਾ ਕੈਮਰਾ ਹੋਣਾ ਉਹ ਬੰਦੇ ਨੇ ਆਪਣੇ ਮੋਢੇ ਤੇ ਰੱਖਿਆ ਵਿਦ ਸਟੈਂਡ ਇੱਕ ਪਾਸੇ ਉਹ ਮੀਡੀਆ ਦਾ ਕੋਰਸ ਕਰਕੇ ਇਹ ਚੀਜ਼ ਮਿਹਨਤ ਕਰਕੇ ਨਿਊਜ਼ ਰਿਪੋਰਟਰ ਬਣਦੇ ਨੇ ਇੱਕ ਪਾਸੇ ਜਨਾਬ ਉਹਨੇ ਫੋਨ ਚੱਕਿਆ ਤੇ ਮਾਈਕ ਲਿਆ ਚਲੋ ਇਹ ਨਿਊਜ਼ ਬਣ ਗਿਆ ਹੱਥ ਜੋੜ ਕੇ ਬੇਨਤੀ ਆ ਜਿਹੜੇ ਇਹ ਵੀ ਪਤਾ ਲੱਗਾ ਉਹ ਤਾਂ ਪਹਿਲਾਂ ਕੰਮ ਹੀ ਹੋਰ ਕਰਦਾ ਹਾਂ ਇਹ ਵੀ ਪਤਾ ਲੱਗਿਆ ਕਿ ਭਰਾ ਨਾਲ ਗੱਲ ਹੋਈ 1.5-2 ਘੰਟੇ ਵਧੀਆ ਭਰਾ ਬਾਹਰ ਆ ਕੇ ਨੇ
ਤੇ ਭਰਾ ਨੇ ਸਾਰਾ ਆਪਾਂ ਨੂੰ ਬਾਇਓਡਾਟਾ ਦੱਸਿਆ ਵੀ ਪਹਿਲਾਂ ਕਿਹੜੇ ਕਿੱਤੇ 'ਚ ਸੀ ਉਹ, ਕਿਹੜੇ ਕਿੱਤੇ 'ਚੋਂ ਕਿੱਦਾਂ ਆਇਆ, ਅਤੇ ਉਹ ਬਾਈ ਨੇ ਉਹ ਭਰਾ ਸਿੱਧੂ ਦੀ ਇੱਕ ਇੱਕ ਮੂਵਮੈਂਟ, ਇੱਕ ਇੱਕ ਛੋਟੀ ਤੋਂ ਛੋਟੀ ਮੂਵਮੈਂਟ ਨੋਟਿਸ ਕਰਦੇ ਸੀ ਸਿੱਧੂ ਭਰਾ ਨੂੰ ਪਿਆਰ ਕਰਨ ਵਾਲੇ। ਉਹ ਭਰਾ ਨੇ ਇੰਨੀ ਗੱਲ ਕਹੀ ਆ, ਮੈਂ ਬਾਈ ਸਿੱਧੂ ਬਾਈ ਦੇ ਲੱਖਾਂ ਕਰੋੜਾਂ ਫੈਨ 'ਚੋਂ, ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਬਹੁਤ ਵੱਡਾ ਫੈਨ ਹਾਂ, ਹਾਂ ਮੈਂ ਲੱਖਾਂ ਕਰੋੜਾਂ ਫੈਨ ਦੇ ਵਿੱਚੋਂ ਮੈਂ ਵੀ ਇੱਕ ਫੈਨ ਹਾਂ, ਕਿ ਮੈਂ ਬਾਈ ਦੀ ਇੱਕ ਇੱਕ ਗੱਲ ਨੋਟਿਸ ਕਰਦਾ। ਅਤੇ ਕਹਿੰਦਾ ਸਾਨੂੰ ਬਾਈ ਸਭ ਦੇਖ ਰਿਹਾ, ਕਿਹੜਾ ਬਾਈ ਨਾਲ ਕਿੱਦਾਂ ਚੱਲ ਰਿਹਾ, ਕਿਹੜਾ ਕੀ ਕਿਵੇਂ ਚੱਲ ਰਿਹਾ ਸੀ, ਕਹਿੰਦਾ ਇੱਕ ਇੱਕ ਚੀਜ਼ ਨੋਟਿਸ ਕੀਤੀ ਹੋਈ ਆ ਤੇ ਕਰ ਵੀ ਰਹੇ ਹਾਂ। ਐਡੀ ਸ਼ਰਮ ਨੇ ਸਿੱਧੂ ਨੇ ਇੱਕ ਵਾਰ ਬੇਇੱਜ਼ਤੀ ਕਰਤੀ। ਆਹੋ ਬਾਈ ਨੇ ਵੀ, ਬਾਈ ਨੇ ਵੀ ਇਹ ਗੱਲ ਫਿਰ ਬੇਸ਼ਰਮ ਅਗਲੇ ਦਿਨ ਉੱਥੇ ਹੀ ਖੜਾ। ਅਸੀਂ ਮੈਂ ਉਹੀ ਕਹਿੰਦਾ ਹੱਥ ਜੋੜ ਕੇ ਬੇਨਤੀ ਆ, ਜਿਹੜੇ ਸਾਰੇ ਵਧੀਆ ਨਿਊਜ਼ ਵਾਲੇ ਚੈਨਲ ਨੇ, ਠੀਕ ਆ, ਇਹਨਾਂ ਨੂੰ ਕੁਛ ਕਰਨਾ ਚਾਹੀਦਾ ਸਹੀ ਆ ਇਸ ਚੀਜ਼ ਦੇ ਉੱਤੇ, ਕਿ ਇੱਕ ਮੀਡੀਆ ਦਾ, ਮੀਡੀਆ ਨੂੰ ਚੌਥਾ ਸਤੰਭ ਕਹਿੰਦੇ ਆ ਸਹੀ ਆ, ਬਹੁਤ ਵੱਡੀ ਪਾਵਰ ਆ ਮੀਡੀਆ ਸਹੀ ਆ, ਹਰ ਇੱਕ ਬੰਦਾ ਰਿਸਪੈਕਟ ਕਰਦਾ ਮੀਡੀਆ 'ਚ, ਜਦੋਂ ਵੀ ਕੋਈ ਗੱਲ ਹੁੰਦੀ ਆ ਸਭ ਤੋਂ ਪਹਿਲਾਂ ਬੰਦਾ ਮੀਡੀਆ ਦੇ ਵਿੱਚ ਜਾਂਦਾ। ਸੋ ਪਲੀਜ਼ ਹੱਥ ਜੋੜ ਕੇ ਬੇਨਤੀ ਆ, ਆਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਨਾ, ਥੰਬਨੇਲ ਕੁਛ ਹੁੰਦਾ, ਵਿੱਚ ਕੁਛ ਹੁੰਦਾ, ਐਂਡ 'ਤੇ ਵੀਡੀਓ ਕੁਛ ਹੁੰਦੀ ਆ, ਵਿਚਾਲੇ ਕੁਛ ਹੁੰਦੀ ਆ, ਸਟਾਰਟਿੰਗ ਕਿਤੋਂ ਹੁੰਦੀ ਆ, ਹਾਂਜੀ ਤੁਹਾਡਾ ਕੀ ਸਵਾਲ ਆ ਜੀ, ਹਾਂਜੀ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਮੂਸਿਆ, ਕਿ ਹੱਦ ਹੋ ਗਈ ਯਾਰ, ਆ ਕੋਈ ਕੁਸ਼ਚਨ ਹੈ। ਇਹਨੂੰ ਸ਼ਰਮ ਨਹੀਂ ਆਉਂਦੀ, ਮੂਸੇ ਵਾਲਾ ਦਾ ਦਿਲ ਸੀ ਬੰਦੇ ਦਾ, ਪਤਾ ਉਹਨੂੰ ਵੀ ਸੀ ਕਿ ਕਿਹੜੇ ਨਿਊਜ਼ ਵਾਲਾ, ਤਾਂ ਵੀ ਅਗਲੇ ਇੰਟਰਵਿਊ ਦਿੱਤੀ ਉਹਨੂੰ, ਕਿ ਅਗਲਾ ਕਹਿੰਦਾ ਚੱਲ ਕੋਈ ਨਹੀਂ, ਉਹ ਬੰਦੇ ਨੇ ਇੱਧਰ ਇੰਨਾ ਕੀਤਾ ਕਿ ਕੋਲ ਨੇ ਉਹ ਬੰਦੇ ਨੇ ਹੀ ਰੋਟੀ ਤੋਰੀ ਫੁਲਕਾ ਚਲਾਇਆ, ਸਿੱਧੀ ਗੱਲ ਆ ਬਾਈ। ਜਿੱਦਾਂ ਉਹ ਭਰਾ ਨੇ ਗੱਲ ਦੱਸੀ ਨਾ ਕਿ ਇੱਦਾਂ ਇੱਦਾਂ ਕਰਕੇ ਪਹਿਲਾਂ ਇਹ ਕੰਮ ਸੀਗਾ, ਠੀਕ ਆ, ਉਸ ਤੋਂ ਬਾਅਦ ਬਾਈ ਕਰਕੇ ਚੱਲਿਆ ਸਾਰਾ ਸਿਸਟਮ ਤਾਮਾ ਜਮਾ। ਕਹਿੰਦਾ ਦੇਖਦੇ ਦੇਖਦੇ ਮੇਰੇ ਦੇਖਦੇ ਦੇਖਦੀ ਕਹਿੰਦਾ ਇੱਦਾਂ ਇੱਦਾਂ ਸਬਸਕ੍ਰਾਈਬਰ ਵਧਿਆ, ਸਿਰਫ ਔਰ ਸਿਰਫ ਬਾਈ ਕਰਕੇ, ਸਿੱਧੂ ਬਾਈ ਕਰਕੇ। ਅਤੇ ਸਿੱਧੂ ਬਾਈ ਕਰਕੇ ਜੇ ਬਾਈ ਤੇਰਾ ਚੈਨਲ ਸਟੈਂਡ ਹੋਇਆ ਨਾ, ਜੇ ਸਿੱਧੂ ਬਾਈ ਕਰਕੇ ਤੂੰ ਸੋਚ ਰਿਹਾ ਕਿਤੇ ਤੇਰੀ ਮਾੜੀ ਮੋਟੀ ਇਨਸਾਨੀਅਤ ਹੈ ਕਿ ਹਾਂ ਵੀ ਮੇਰਾ ਸਿੱਧੂ ਬਾਈ ਕਰਕੇ ਚੈਨਲ ਬਣਿਆ, ਠੀਕ ਆ, ਤਾਂ ਬਾਈ ਤੇਰੇ 'ਚ ਇੰਨੀ ਕੁ ਜ਼ਮੀਰ ਤਾਂ ਹੋਣੀ ਚਾਹੀਦੀ ਕਿ ਤੂੰ ਹੈਸ਼ਟੈਗ ਯੂਜ਼ ਕਰੇਂ, ਜਿਹਦੇ ਕਰਕੇ ਤਾਂ ਚਾਨਣ ਲੱਗੇ। ਇਹ ਭੁਲੇਖਾ ਛੱਡ ਦੇ ਕਿ ਵੀ ਅਸੀਂ ਬੋਲਾਂਗੇ ਨਹੀਂ, ਸਹੀ ਆ, ਅਸੀਂ ਤਾਂ ਉਦੋਂ ਤੱਕ ਬੋਲਦੇ ਰਹਾਂਗੇ ਜਿੰਨੀ ਦੇਰ ਤੱਕ ਤੂੰ ਹੈਸ਼ਟੈਗ ਨਹੀਂ ਯੂਜ਼ ਕਰਦਾ, ਜਿਹੜੇ ਚੀਜ਼ਾਂ ਨੋਟਿਸ ਨਹੀਂ ਕਰਦੇ, ਅਸੀਂ ਸਪੈਸ਼ਲ ਚੀਜ਼ਾਂ ਹੀ ਇਹ ਕਰਨਾ ਆ, ਚਾਹੇ ਕੋਈ ਰਿਐਕਸ਼ਨ ਚੈਨਲ ਵਾਲਾ ਵਾ, ਚਾਹੇ ਕੋਈ ਇੱਦਾਂ ਦੀ ਗੱਲ ਆ, ਠੀਕ ਆ, ਵੀ ਜਿਹੜਾ ਨਿਤਿਨ ਮੂਸੇ ਜਾ ਕੇ ਵੀਡੀਓਸ ਪਾ ਰਿਹਾ ਬਟ ਸਿਰਫ ਮਤਲਬ ਲਈ ਪਾ ਰਿਹਾ, ਠੀਕ ਆ, ਉਸ ਬੰਦਿਆਂ ਲਈ ਖਿਲਾਫ ਅਸੀਂ ਬੋਲਾਂਗੇ, ਠੋਕ ਕੇ ਬੋਲਾਂਗੇ, ਅਤੇ ਰਿਐਕਸ਼ਨ ਵਾਲੇ ਵੀ ਗੱਲ ਸੁਣ ਲੈਣ ਜਿਹੜੇ ਉਹ ਲੱਗੇ ਹੋਏ ਆ, ਠੀਕ ਆ, ਸਾਰੇ ਲੀਕ ਸੌਂਗਾਂ ਦੀ ਲਿਸਟ ਬਣਾ ਕੇ ਮੂੰਹ ਚੱਕ ਕੇ ਆਪਣਾ ਕੰਮ ਸੁਧਾਰ ਲਓ, ਸਹੀ ਆ। ਜੇ ਤੁਹਾਨੂੰ ਸਿੱਧੂ ਬਾਈ ਨੂੰ ਪਿਆਰ ਕਰਨ ਵਾਲੇ ਤੁਹਾਨੂੰ ਇੱਥੇ ਤੱਕ ਲੈ ਕੇ ਆ ਸਕਦੇ ਨਾ, ਉਹ ਇੱਕ ਸੈਕਿੰਡ ਦੇ ਵਿੱਚ ਤੁਹਾਨੂੰ ਫਿਰ ਦੁਬਾਰਾ ਥੱਲੇ ਲੈ ਕੇ ਆ ਸਕਦੇ ਆ, ਬਾਅਦ 'ਚੋਂ ਫਿਰ ਕਹੋਗੇ ਸੋਰੀ ਗਲਤੀ ਹੋ ਗਈ ਜੀ, ਅਸੀਂ ਲੀਕ ਸੌਂਗ ਕਰਨਾ ਨਹੀਂ ਚਾਹੁੰਦੇ, ਸੋ ਉਸ ਤੋਂ ਬੈਟਰ ਆ ਕਿ ਵੀਡੀਓ ਪ੍ਰਾਈਵੇਟ ਕਰ ਦਿਓ ਸਾਰੇ ਲੀਕ ਸੌਂਗ ਵਾਲੀ, ਸਾਰੇ ਜਿਹੜੇ ਚੈਨਲ ਨੇ ਜਿਹਨਾਂ ਦੇ, ਸੋ ਇਹ ਚੀਜ਼ ਯਾਦ ਰੱਖੋ, ਆਡੀਅੰਸ ਇੰਨੀ ਪਾਵਰ ਆ, ਜੇ ਤੁਹਾਨੂੰ ਚੜਾ ਸਕਦੇ ਤਾਂ ਲਾ ਵੀ ਸਕਦੀ ਆ, ਮੈਂ ਟਿੱਕ ਨਹੀਂ ਲੱਗਣਾ। ਸੋ ਸਿੱਧੂ ਬਾਈ ਦੇ ਚਾਹੁਣ ਵਾਲਿਆਂ ਬਾਰੇ ਤੁਹਾਨੂੰ ਪਤਾ ਹੀ ਆ ਕਿ ਸਾਰੇ ਕਿੱਦਾਂ ਦੇ ਨੇ, ਉਹ ਸਿੱਧੂ ਨੇ ਵੀ ਕਿਹਾ ਕਿ ਮੇਰੇ ਮੈਨੂੰ ਜਿਹੜੇ ਚਾਹੁਣ ਵਾਲੇ ਆ ਸਾਰੇ ਮੇਰੇ ਵਰਗੇ ਨੇ, ਸਹੀ ਆ, ਮੈਂ ਇਹਨੂੰ ਦਿਲੋਂ ਪਿਆਰ ਕਰਦਾ ਤੇ ਉਹ ਡਬਲ ਦਿੰਦੇ ਨੇ, ਜੇ ਮੈਂ ਡਬਲ ਦੇ ਰਿਹਾ ਤਾਂ ਉਹ ਚੋਗਣਾ ਪਿਆਰ ਦਿੰਦੇ ਨੇ। ਪਰ ਉਹ ਬਾਈ ਦੀਆਂ ਵੀਡੀਓਜ਼ ਦੇਖਣ ਵਾਲੇ ਜਿਹੜੇ ਆਡੀਅੰਸ ਆ, ਉਹਨਾਂ ਨੂੰ ਵੀ ਇਹ ਚੀਜ਼ ਚਾਹੀਦੀ ਆ, ਇੱਕ ਪਾਸੇ ਆਪਾਂ ਸਿੱਧੂ ਨੂੰ ਇੰਨਾ ਕਰਦੇ ਆ, ਦੂਜੇ ਪਾਸੇ ਆਪਾਂ ਬੰਦੇ ਨੂੰ ਇੱਕ ਵਾਰ ਵੀ ਨਹੀਂ ਕਹਿ ਰਹੇ ਕਿ ਹੈਸ਼ਟੈਗ ਯੂਜ਼ ਕਰ, ਵੀਡੀਓਜ਼ ਦੇਖ ਰਿਹਾ ਸਿਰਾਂ ਭਾਜੀ ਅੱਤ ਭਾਜੀ, ਹਾਂ ਕਰੋ ਯਾਰ ਪਲੀਜ਼, ਹੱਥ ਜੋੜ ਕੇ ਬੇਨਤੀ ਆ, ਆਪਣੇ ਹੱਥ ਵੀ ਆ ਕੁਛ, ਤੁਸੀਂ ਜ਼ਿਆਦਾ ਵੀਡੀਓਜ਼ ਨਾ ਦੇਖੋ, ਜੇ ਵੀਡੀਓਜ਼ ਦੇਖ ਰਹੇ ਹੋ ਤਾਂ ਕਮੈਂਟਾਂ ਦੇ ਵਿੱਚ ਸਿੱਧਾ ਠੋਕ ਕੇ ਲਿਖ ਕੇ ਬਾਈ ਹੈਸ਼ਟੈਗ ਯੂਜ਼ ਕਰ, ਕੋਈ ਉਹਦੇ ਹਜ਼ਾਰਾਂ ਲੱਖਾਂ ਕਮੈਂਟ ਨਹੀਂ ਆਏ ਹੁੰਦੇ, ਠੀਕ ਆ, ਜਿਹੜੇ ਉਹ ਇਗਨੋਰ ਕਰੀ ਜਾਂਦਾ ਵਾ, ਸੌ ਸੌ ਕਮੈਂਟ, ਸੋ ਛੱਡੋ ਉਸ ਚੀਜ਼ ਨੂੰ।